ਤਾਂ ਹਰਿਆਣਾ ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 27 ਜਨਵਰੀ ਨੂੰ ਸਕੂਲ ਨਹੀਂ ਲੱਗਣਗੇ। ਤੁਹਾਡੇ ਬੱਚਿਆਂ ਦੇ ਨਾਲ ਜੁੜੀ ਹੋਈ ਇਹ ਖਾਸ ਖਬਰ ਹੈ। ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਰੇ ਸਕੂਲ, ਚਾਹੇ ਉਹ ਪ੍ਰਾਈਵੇਟ ਹੋਵੇ, ਸਰਕਾਰੀ ਹੋਵੇ, ਮਾਨਤਾ ਏਡਡ ਹੋਵੇ, ਜਿਹੜਾ ਮਰਜ਼ੀ ਸਕੂਲ ਹੋਵੇ, ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 27 ਜਨਵਰੀ ਨੂੰ ਇਹ ਛੁੱਟੀਆਂ ਦਾ ਐਲਾਨ ਹੈ। ਗਣਤੰਤਰ ਦਿਵਸ ਕਰਕੇ ਛੁੱਟੀ ਹੋਈ ਹੈ। ਦਰਅਸਲ ਕਈ ਸਕੂਲਾਂ ਦੇ ਵਿੱਚ 26 ਜਨਵਰੀ ਮੌਕੇ ਫੰਕਸ਼ਨ ਰੱਖੇ ਜਾਂਦੇ ਨੇ, ਵੱਡੇ ਵੱਡੇ ਸਿਆਸੀ ਲੀਡਰ ਆਉਂਦੇ ਨੇ, ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਕਰਕੇ ਬੱਚਿਆਂ ਦੇ ਵਿੱਚ ਥਕਾਨ ਹੋ ਜਾਂਦੀ ਹੈ, ਬੱਚਿਆਂ ਨੂੰ ਥਕਾਨ ਹੋ ਜਾਂਦੀ ਹੈ। ਅਤੇ ਅਗਲੇ ਦਿਨ ਉਹਨਾਂ ਨੂੰ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਤਾਂ ਕਿ ਬੱਚੇ ਆਰਾਮ ਦੇ ਨਾਲ ਘਰ ਰੁਕਣ ਅਤੇ ਜਿਹੜੀ ਉਹਨਾਂ ਦੀ ਇੰਨੇ ਦਿਨਾਂ ਦੀ ਪਰਫੋਰਮੈਂਸ ਉਹਨਾਂ ਨੇ ਕੀਤੀ ਹੈ, ਮਿਹਨਤ ਕੀਤੀ ਹੈ ਪਰਫੋਰਮੈਂਸ ਦੇ ਲਈ, ਉਸ ਤੋਂ ਬਾਅਦ ਉਹਨਾਂ ਨੂੰ ਆਰਾਮ ਮਿਲ ਜਾਵੇ। ਤਾਂ ਬੱਚਿਆਂ ਦੇ ਲਈ ਇਹ ਖਾਸ ਖਬਰ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਪੰਜਾਬ, ਉਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਫਿਰ ਪੰਜਾਬ ਵੱਲੋਂ ਜ਼ਿਲ੍ਹਿਆਂ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਪਠਾਨਕੋਟ, ਪਟਿਆਲਾ, ਰੋਪੜ, ਨਵਾਂਸ਼ਹਿਰ, SAS ਨਗਰ, ਸੰਗਰੂਰ, ਤਰਨ ਤਾਰਨ, ਗੁਰਦਾਸਪੁਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਫਿਰ ਹੁਣ ਚੰਡੀਗੜ੍ਹ ਦੇ ਵੱਲੋਂ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਗਣਤੰਤਰ ਦਿਵਸ ਕਰਕੇ ਛੁੱਟੀ ਹੋਈ ਹੈ 27 ਜਨਵਰੀ ਨੂੰ, ਅਤੇ ਹੁਣ ਸਿੱਧਾ 29 ਜਨਵਰੀ ਨੂੰ ਮੁੜ ਸਕੂਲ ਜਾਣਗੇ ਤੁਹਾਡੇ ਬੱਚੇ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ, ਤਾਂ ਕਿ ਉਹਨਾਂ ਲੋਕਾਂ ਤੱਕ ਇਹ ਖਬਰ ਪਹੁੰਚ ਜਾਵੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਪ੍ਰਸ਼ਾਸਨ ਦੇ ਵੱਲੋਂ ਐਡਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ। 27 ਜਨਵਰੀ ਨੂੰ ਛੁੱਟੀ ਦਾ ਐਲਾਨ ਹੈ, ਹਰੇਕ ਸਕੂਲ ਦੇ ਵਿੱਚ ਛੁੱਟੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਨੋਟਿਸ ਜਾਰੀ ਕੀਤਾ ਹੈ ਅਤੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਤਾਂ ਹਰਿਆਣਾ ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 27 ਜਨਵਰੀ ਨੂੰ ਸਕੂਲ ਨਹੀਂ ਲੱਗਣਗੇ। ਤੁਹਾਡੇ ਬੱਚਿਆਂ ਦੇ ਨਾਲ ਜੁੜੀ ਹੋਈ ਇਹ ਖਾਸ ਖਬਰ ਹੈ। ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਰੇ ਸਕੂਲ, ਚਾਹੇ ਉਹ ਪ੍ਰਾਈਵੇਟ ਹੋਵੇ, ਸਰਕਾਰੀ ਹੋਵੇ, ਮਾਨਤਾ ਏਡਡ ਹੋਵੇ, ਜਿਹੜਾ ਮਰਜ਼ੀ ਸਕੂਲ ਹੋਵੇ, ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 27 ਜਨਵਰੀ ਨੂੰ ਇਹ ਛੁੱਟੀਆਂ ਦਾ ਐਲਾਨ ਹੈ। ਗਣਤੰਤਰ ਦਿਵਸ ਕਰਕੇ ਛੁੱਟੀ ਹੋਈ ਹੈ। ਦਰਅਸਲ ਕਈ ਸਕੂਲਾਂ ਦੇ ਵਿੱਚ 26 ਜਨਵਰੀ ਮੌਕੇ ਫੰਕਸ਼ਨ ਰੱਖੇ ਜਾਂਦੇ ਨੇ, ਵੱਡੇ ਵੱਡੇ ਸਿਆਸੀ ਲੀਡਰ ਆਉਂਦੇ ਨੇ, ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਕਰਕੇ ਬੱਚਿਆਂ ਦੇ ਵਿੱਚ ਥਕਾਨ ਹੋ ਜਾਂਦੀ ਹੈ, ਬੱਚਿਆਂ ਨੂੰ ਥਕਾਨ ਹੋ ਜਾਂਦੀ ਹੈ। ਅਤੇ ਅਗਲੇ ਦਿਨ ਉਹਨਾਂ ਨੂੰ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਤਾਂ ਕਿ ਬੱਚੇ ਆਰਾਮ ਦੇ ਨਾਲ ਘਰ ਰੁਕਣ ਅਤੇ ਜਿਹੜੀ ਉਹਨਾਂ ਦੀ ਇੰਨੇ ਦਿਨਾਂ ਦੀ ਪਰਫੋਰਮੈਂਸ ਉਹਨਾਂ ਨੇ ਕੀਤੀ ਹੈ, ਮਿਹਨਤ ਕੀਤੀ ਹੈ ਪਰਫੋਰਮੈਂਸ ਦੇ ਲਈ, ਉਸ ਤੋਂ ਬਾਅਦ ਉਹਨਾਂ ਨੂੰ ਆਰਾਮ ਮਿਲ ਜਾਵੇ। ਤਾਂ ਬੱਚਿਆਂ ਦੇ ਲਈ ਇਹ ਖਾਸ ਖਬਰ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਪੰਜਾਬ, ਉਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਫਿਰ ਪੰਜਾਬ ਵੱਲੋਂ ਜ਼ਿਲ੍ਹਿਆਂ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਪਠਾਨਕੋਟ, ਪਟਿਆਲਾ, ਰੋਪੜ, ਨਵਾਂਸ਼ਹਿਰ, SAS ਨਗਰ, ਸੰਗਰੂਰ, ਤਰਨ ਤਾਰਨ, ਗੁਰਦਾਸਪੁਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਫਿਰ ਹੁਣ ਚੰਡੀਗੜ੍ਹ ਦੇ ਵੱਲੋਂ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਗਣਤੰਤਰ ਦਿਵਸ ਕਰਕੇ ਛੁੱਟੀ ਹੋਈ ਹੈ 27 ਜਨਵਰੀ ਨੂੰ, ਅਤੇ ਹੁਣ ਸਿੱਧਾ 29 ਜਨਵਰੀ ਨੂੰ ਮੁੜ ਸਕੂਲ ਜਾਣਗੇ ਤੁਹਾਡੇ ਬੱਚੇ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ, ਤਾਂ ਕਿ ਉਹਨਾਂ ਲੋਕਾਂ ਤੱਕ ਇਹ ਖਬਰ ਪਹੁੰਚ ਜਾਵੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਪ੍ਰਸ਼ਾਸਨ ਦੇ ਵੱਲੋਂ ਐਡਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ 27 ਜਨਵਰੀ ਨੂੰ
ਛੁੱਟੀ ਦਾ ਐਲਾਨ ਹੈ। ਹਰੇਕ ਸਕੂਲ ਦੇ ਵਿੱਚ ਛੁੱਟੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਨੋਟਿਸ ਜਾਰੀ ਕੀਤਾ ਹੈ ਅਤੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ।